ਹੁਸ਼ਿਆਰਪੁਰ ਸਥਿਤ ਇੱਕ ਪੁਲਿਸ ਵਾਲੇ ਨੂੰ ਡਿਊਟੀ ਨਿਭਾਉਣ ਦੀ ਕੀਮਤ ਆਪਣਾ ਕੰਨ ਦੇ ਕੇ ਚੁਕਾਣੀ ਪਈ। ਜਦੋਂ ਪੁਲਿਸ ਮੁਲਾਜ਼ਮ ਇੱਕ ਚੋਰ ਨੂੰ ਮੌਕੇ ਤੇ ਫੜ ਕੇ ਥਾਣੇ ਲੈ ਜਾ ਰਿਹਾ ਸੀ ਤਾਂ ਗੱਡੀ ਵਿੱਚ ਸਵਾਰ ਚੋਰ ਨੇ ਗੱਡੀ 'ਚੋਂ ਭੱਜਣ ਦੀ ਕੋਸ਼ਿਸ਼ ਕਰਦੇ ਹੋਏ ਉਕਤ ਮੁਲਾਜ਼ਮ ਦੇ ਕੰਨ ਦਾ ਕੁਝ ਹਿੱਸਾ ਆਪਣੇ ਦੰਦਾਂ ਨਾਲ ਕੱਟ ਦਿੱਤਾ। ਇਸ ਦੇ ਬਾਵਜੂਦ ਵੀ ਪੁਲਿਸ ਨੇ ਵੱਡੀ ਮਿਹਨਤ ਦੇ ਬਾਅਦ ਚੋਰ ਨੂੰ ਫੜ ਕੇ ਥਾਣੇ ਲੈ ਹੀ ਆਂਦਾ। ਟੀਵੀ ਸਕਰੀਨ ਉੱਤੇ ਹੱਥਕੜੀਆਂ ਵਿੱਚ ਜਕੜਿਆ ਇਹ ਸ਼ਖਸ ਇੱਕ ਸ਼ਾਤਿਰ ਚੋਰ ਹੈ ਜੋ ਨਿਕਲਿਆ ਤਾਂ ਚੋਰੀ ਕਰਨ ਸੀ ਪਰ ਐਨ ਮੌਕੇ ਤੇ ਘਰ ਵਾਲਿਆਂ ਨੇ ਧਰ ਦਬੋਚਿਆ। ਮਾਮਲਾ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਚੋਹਾਲ ਦਾ ਹੈ ਜਿੱਥੇ ਇੱਕ ਘਰ ਵਿੱਚ ਚੋਰੀ ਦੀ ਨੀਅਤ ਨਾਲ ਘਰ ਵਿੱਚ ਦਾਖਲ ਹੋਏ ਇੱਕ ਸ਼ਖਸ ਨੂੰ ਘਰ ਵਾਲਿਆਂ ਨੇ ਮੌਕੇ ਤੇ ਫੜ ਲਿਆ ਜਿਸ ਦੀ ਸੂਚਨਾ ਸੰਬੰਧਿਤ ਥਾਣੇ ਸਦਰ ਨੂੰ ਦਿੱਤੀ ਗਈ। ਇਸ ਦੇ ਬਾਅਦ ਡਿਊਟੀ ਅਫਸਰ ਅਤੇ ਇੱਕ ਹੋਰ ਮੁਲਾਜ਼ਮ ਨਿਕਲੇ ਤਾਂ ਸਨ ਚੋਰ ਨੂੰ ਥਾਣੇ ਲਿਜਾਉਣ ਲਈ ਪਰ ਪਤਾ ਨਹੀਂ ਸੀ ਕਿ ਉਹਨਾਂ ਨੂੰ ਚੋਰ ਨੂੰ ਫੜਨਾ ਮਹਿੰਗਾ ਪੈ ਜਾਵੇਗਾ। ਜਾਣਕਾਰੀ ਮੁਤਾਬਿਕ ਪੁਲਿਸ ਮੁਲਾਜ਼ਮ ਮੁਜਰਮ ਚੋਰ ਨੂੰ ਪਿੰਡ ਚੋਹਾਲ ਤੋਂ ਲੈ ਕੇ ਥਾਣੇ ਦੀ ਵੱਲ ਜਾ ਰਹੇ ਸਨ ਤਾਂ ਅਚਾਨਕ ਰਸਤੇ ਵਿੱਚ ਚੋਰ ਨੇ ਮੌਕਾ ਪਾ ਕੇ ਗੱਡੀ ਵਿੱਚ ਹੀ ਪੁਲਿਸ ਮੁਲਾਜ਼ਮ ਦੇ ਨਾਲ ਹੱਥੋਂ ਪਾਈ ਸ਼ੁਰੂ ਕਰ ਦਿੱਤੀ ਅਤੇ ਇਸ ਵਿੱਚ ਚੋਰ ਨੇ ਪੁਲਿਸ ਮੁਲਾਜ਼ਮ ਦੇ ਕੰਨ ਨੂੰ ਅਜਿਹਾ ਕੱਟਿਆ ਕਿ ਕੰਨ ਦਾ ਕੁਝ ਹਿੱਸਾ ਕੰਨ ਨਾਲੋਂ ਵੱਖਰਾ ਕਰ ਦਿੱਤਾ। ਇਸ ਦੇ ਬਾਵਜੂਦ ਵੀ ਪੁਲਿਸ ਮੁਲਾਜ਼ਮ ਨੇ ਚੋਰ ਨੂੰ ਭੱਜਣ ਨਹੀਂ ਦਿੱਤਾ। ਉੱਥੇ ਹੀ ਪੁਲਿਸ ਨੇ ਮੀਡੀਆ ਨਾਲ ਗੱਲਬਾਤ ਕਰਦੇ ਦੱਸਿਆ ਕਿ ਉਹਨਾਂ ਵੱਲੋਂ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਇਹਦੀ ਆਪਣੇ ਥਾਣੇ ਸਦਰ ਰਾਮਜੋਤ ਤੇ ਤਾਂ ਉੱਥੇ ਚਿਹਾਲ ਤੋਂ ਧਰਮਪਾਲਾ ਕੋਈ ਉਹਨਾਂ ਨੇ ਫੋਨ ਕੀਤਾ ਵੀ ਸਾਡੇ ਘਰ ਕੋ ਚੋਰ ਵੜਿਆ ਜੀ ਤੇ ਇਹ ਇੱਥੇ ਕੌਸ਼ਲ ਜੀ ਤੇ ਨਾਲ ਮੁੰਡਾ ਬਲਵੀਰ ਆ ਉਹ ਗਏ ਜੀ ਡਿਊਟੀ ਅਫਸਰ ਤੇ ਉਹਨਾਂ ਜਦੋਂ ਫੜਿਆ ਇਹਨੂੰ ਫੜ ਕੇ ਲਿਆਉਂਦੇ ਸੀ ਤੇ ਉਹਨਾਂ ਨਾਲ ਹੱਥੋਂ ਪਾਈ ਹੋ ਕੇ ਉਹਦਾ ਜਿਹੜਾ ਕੰਨ ਆ ਉਹ ਦੰਦੀ ਵੜੇ ਕੰਨ ਖਾ ਗਏ ਜੀ ਉਹਦਾ ਤੇ ਸਾਨੂੰ ਥਾਣੇ ਸਰੋਂ ਫੋਨ ਕੀਤਾ ਤੇ ਅਸੀਂ ਨਾਲ ਆਏ ਜੀ ਗੱਡੀ ਲੈ ਕੇ ਲੈ ਕੇ ਚਲੇ ਸਾਡੇ ਵੀ ਘਰ ਵੜਿਆ ਸੀ ਘਰ ਧਰਮਪਾਲ ਚੋਹਾਲ ਦੇ ਆ ਉਹਨਾਂ ਨੇ ਫੋਨ ਕੀਤਾ ਵੀ ਚੋਰੀ ਦੀ ਸਾਡੇ ਘਰ ਵੜਿਆ ਚੋਰ ਉਹ ਫਿਰ ਥਾਣੇ ਸਦਰੋਂ ਏ ਐੱਸ ਆਈ ਕੌਸ਼ਲ ਜੀ ਗਏ ਆ ਅਤੇ ਨਾਲ ਬਲਵੀਰ ਗਿਆ ਜੀ ਉਹ ਲੈ ਕੇ ਆ ਰਹੇ ਸੀ ਰਸਤੇ 'ਚ ਉਹਨੇ ਉਹਨਾਂ ਹੱਥੋਂ ਪਾਈ ਹੋਇਆ ਜੀ ਭੱਜਣ ਦੀ ਕੋਸ਼ਿਸ਼ ਕੀਤੀ ਹੈ ਪੁਲਿਸ ਕੋਲ ਗੱਡੀ 'ਚੋਂ ਭੱਜਣ ਦੀ ਕੋਸ਼ਿਸ਼ ਕੀਤੀ ਆ ਉਹਦਾ ਕੰਨ ਵੀ ਖਾ ਗਿਆ ਦੰਦੀ ਵੜ ਕੇ ਕੰਨ ਵੀ ਖਾ ਗਿਆ ਚੋਰ ਫਰਦੀ ਹੁਣ ਜੋ ਵੀ ਕਾਰਵਾਈ ਹੋਊਗੀ ਜੀ ਉਹਨਾਂ ਬੁਲਾ ਕੇ ਉਹਨੇ ਬਿਆਨ ਲਿਖ ਕੇ ਉਹਦੇ ਖਿਲਾਫ਼ ਕਾਰਵਾਈ ਕੀਤੀ ਜੋ ਕਾਨੂੰਨੀ। ਪ੍ਰਾਈਮ ਮੁਦੇਲੀ ਹੁਸ਼ਿਆਰਪੁਰ ਤੋਂ ਗੁਰਦੀਪ ਸਿੰਘ ਦੀ ਰਿਪੋਰਟ।